ਬੈਠਾ ਬੀਵੀ ਨੂੰ ਮਨਾਵਾਂ ਤੇ ਸਾਲਿਆਂ ਤੂੰ ਡਰੀ ਲੱਗਦਾ ਏ ਹੋ। ਹੁਣ ਮੈਂ ਬੈਠਾ ਬੀਵੀ ਨੂੰ ਮਨਾਵਾਂ ਤੇ ਸਾਲਿਆਂ ਤੂੰ ਡਰੀ ਲੱਗਦਾ ਏ। ਆਖੇ ਲਾਗੇ ਅੰਮਾ ਦੇ ਪੌਲਾ ਮਾਰ ਬੈਠਾ ਹਾਂ, ਆਖੇ ਲਾਗੇ ਅੰਮਾ ਦੇ ਪੌਲਾ ਮਾਰ ਬੈਠਾ ਹਾਂ। ਹੁਣ ਮੈਂ ਬੜਾ ਪਛਤਾਵਾਂ ਤੇ ਸਾਲਿਆਂ ਤੂੰ ਡਰੀ ਲੱਗਦਾ ਏ। ਵਰਿਆ ਮਾਣਾ ਮਾਰ ਤਾਂ ਬੈਠਾ ਬੀਵੀ ਨੂੰ, ਹੁਣ ਤੇਰੇ ਸਾਲੇ ਡਾਂਗਾ ਚੁੱਗ ਚਾ ਤੇ ਆਉਂਦੇ ਪੈ ਸਨ, ਕੋਈ ਬਚਣ ਦੀ ਕਰੀਏ ਕਿਵੇਂ ਬਚੀਏ। ਹੁਣ ਬਹੁ ਇੱਥੇ ਬਹਿ ਰਵੀਏ ਲੋਕ ਤੇ ਜਵਾਰ ਦੇ ਵਿੱਚ ਬਾਨਿਆ, ਨਾ ਇਹਦੇ ਕੋਈ ਆਵੇ ਨਾ ਉਹਨਾਂ ਨੂੰ ਕੋਈ ਦੱਸੇ, ਇੱਥੇ ਮੌਜਾਂ ਕਰਨੇ ਆਪੇ ਲਾਭ ਲੁਭ ਤੇ ਹਟ ਜਾ। ਭਾਈ ਨੂਰ ਫਕੀਰ ਹੈ, ਦਿਲ ਬੜਾ ਨਾ ਉਦਾਸ ਅਤੇ ਹੋਰ ਮੈਂ ਜੋ ਹੈ ਵਧਾ ਹੈ ਪਰੇਸ਼ਾਨ ਜਿਹਾ ਹੈ ਅਤੇ ਦਿਲ ਨਾ ਬੜਾ ਬੋਰ ਜਿਹਾ ਹੈ ਅਤੇ ਬੜੀ ਅਮਾ ਨੂੰ ਫਾ ਲਿਆ ਉਹਦੇ ਕੋਲ ਕੋਈ ਦੋੜੇ ਕੋਲ ਲਤੀਫੇ ਸੁਣ ਸਾਂ। ਬੜੀ ਅਮਾ ਤਾਂ ਉਹ ਲੁੱਕਾ ਬੈਠੇ ਜਵਾਰ ਵਿੱਚ ਆਉਣ ਪੁੱਛੇ ਲੁੱਕਾ ਕਿਉਂ ਬੈਠਾ ਹੈ। ਹੁਣ ਉਹ ਬਦਮਾਸ਼ ਸਦੇਨ ਦੀ ਪਈ ਹੈ, ਹੁਣ ਮੈਂ ਲੁਕਾਂ ਨਾਲ ਕੀ ਕਰਾਂ, ਉਹਨਾਂ ਦੇ ਕੋਲ ਬੰਦੂਕਾਂ ਹਨ, ਉਹ ਕਹਿ ਸਿੱਧੀ ਦੱਕ ਦੇ ਸਨ ਤੇ ਮੇਰਾ ਕੰਮ ਹੋ ਜਾਣਾ। ਨਹੀਂ ਅੱਲਾ ਖੈਰ ਕਰਸੀ, ਤੂੰ ਕਿਤੇ ਵਧਾ ਬਸ ਅਸੀਂ ਯਾਰ ਬੜੀ ਨਾ ਟੈਨਸ਼ਨ ਹੈ ਚਾਹਤੇ ਤੈਨੂੰ ਬਾਲ ਦੇ ਵਧਿਆ ਤੇ ਕੋਈ ਲਤੀਫੇ ਸੁਣਨੇ ਆਏ, ਬੜਾ ਪਰੇਸ਼ਾਨ ਹੈ ਪਰ ਅੱਲਾ ਕਰਸੀ ਤੂੰ ਲਤੀਫੇ ਸਾਨੂੰ ਸੁਣਿਆ ਸੀ ਅਸੀਂ ਖੁਸ਼ ਹੋ ਜਾ, ਤੂੰ ਵੀ ਖੁਸ਼ ਹੋ ਜਾ, ਤੇਰਾ ਦਿਲ ਇਹਦਾ ਵੀ ਹੋ ਜਾ ਸੀ ਤੇ ਸਾਡਾ ਹੀ ਹੋ ਜਾ ਸੀ। ਸੁਣੋ ਮੀਆਂ ਲਤੀਫੇ ਸੁਣਾ, ਦੋ ਪਿਤਰੇ ਰਾਹ ਪਾਸੇ ਲੜ ਪਏ। ਅੱਛਾ, ਇੱਕ ਨੇ ਦੂਏ ਨੂੰ ਮਾਰ ਦਿੱਤਾ, ਉਹ ਜਿਹੜੇ ਮਗਰਲੇ ਆਏ ਉਹਨਾਂ ਆਖਿਆ ਦੀ ਆਏ ਇਹਨੂੰ ਡਕਾਓ, ਆ ਮੁੜ ਵਿੱਚ ਹੁੰਦੇ ਨਾ ਬੰਦੇ ਸ਼ੈਤਾਨ, ਉਹਨਾਂ ਚਾਹ ਚਮਕਾ ਅਤੇ ਪਰਚਾ ਕਰਵਾ ਤੇ ਉਹਨੂੰ ਚੜਾ ਦਿੱਤਾ ਜੇਲ੍ਹ ਦੇ ਵਿੱਚ, ਸਿੱਧਾ ਗੱਡੀ 'ਤੇ ਗਿਆ, ਅੱਗੂ ਜੀ ਉਹਨੂੰ ਸਜ਼ਾਏ ਮੌਤ ਹੋ ਗਈ। ਉਹ ਜਿਹੜੇ ਮਗਰਲੇ ਹੈ ਨਾ ਉਹਦੇ ਰਿਸ਼ਤੇਦਾਰ ਬਹਿਣਾ ਬਿਰਾ, ਉਹਨਾਂ ਆਖੇ ਤੇ ਬੰਦਾ ਬਚਾਓ, ਜਿਵੇਂ ਬਚਦੇ ਨੇ ਘਰ ਦੇ ਬਾਂਡੇ ਵੇਚੋ, ਬੰਦੇ ਬਾਬਾ ਸਰਦੇ ਆਏ। ਉਹਨਾਂ ਆਖ ਜਾ ਵਕੀਲ ਕੀਤਾ, ਉਸ ਵਕੀਲ ਮੰਗਾ ਲੱਖ ਰੁਪਈਆ, ਉਹ ਅੱਗੇ ਇੱਕ ਵਿੱਚ ਬੋਲਣਾ ਸਿਆਣਾ, ਉਹ ਸੱਖਾ ਜਿਹੜਾ ਲੱਖ ਮੰਗੀ ਖੜਾ ਬੰਦਾ ਨਹੀਂ ਬਚਦਾ ਨੇ, ਦੂਏ ਆਖਿਆ ਮੁੜ ਕੀ ਕਰੇ ਸਕਾ ਕੋਈ ਹੋਰ ਵਕੀਲ ਲੱਭੋ। ਉਹਨਾਂ ਇੱਕ ਹੋਰ ਵਕੀਲ ਕੋਲ ਗਏ, ਉਸ 2 ਲੱਖ ਰੁਪਇਆ ਮੰਗਾ, ਉਹਨਾਂ ਮੀਆਂ 2 ਲੱਖ ਰੁਪਇਆ ਉਹਨੂੰ ਦਿੱਤਾ। ਅੱਛਾ, ਜਦੋਂ ਬੁਲਾਈ ਹੋਈ ਪੇਸ਼ੀ ਤੇ ਗਏ, ਬੰਦੇ ਨੂੰ ਸਜ਼ਾਏ ਮੌਤ, ਬੰਦਾ ਫੱਟੇ ਤੇ ਝਾੜ ਗਿਆ। ਅੱਛਾ, ਉੱਥੋਂ ਰੋਕ ਕੇ ਉਸੇ ਵਕੀਲ ਦੀ ਚੈਂਬਰ ਕੋਲ ਜਦੋਂ ਹਟੇ ਨਾ ਪਿੱਛਾ, ਉਸ ਵਕੀਲ ਲੱਖ ਵਾਲੇ ਪੁੱਛਿਆ ਸੁਣਾ ਉਹ ਮੀਆਂ ਕਿਵੇਂ ਰਹੇ ਹੋ, ਅੱਗੋਂ ਰੋ ਤਿਆ ਵਕੀਲ ਸਾਹਿਬ ਗੱਲ ਨਾ ਪੁੱਛ, ਬੰਦਾ ਹੀ ਮਰ ਗਿਆ, 2 ਲੱਖ ਰੁਪਏ ਭਰੇ ਉਹਨੇ। ਉਸ ਆਖਿਆ ਜਾ ਲਾਂਤਾ ਉਹ ਇਹ ਬੰਦਾ ਮੈਂ ਲੱਖ 'ਚ ਫਾਂਸੀ ਲਵਾਉਣ ਜੇ ਤੁਸੀਂ 2 'ਚ ਲਵਾਈ ਜਾਂਦੇ ਨੇ। ਮੁੜ ਜਨਾਬ 2 ਪਿਤਰੇ ਰਾਏ, ਇੱਕ ਉੱਥੇ ਖੜਾ ਦੂਆ ਦੁਕਾਨ 'ਤੇ ਜਾਂਦਾ ਪਿਆ ਅਤੇ ਦੋਵੇਂ ਪਾਵਲੀ ਆਏ। ਅੱਛਾ,
ਉਹ ਦੁਕਾਨ ਤੇ ਗਿਆ, ਉਸਦੀ 100 ਰੁਪਇਆ ਉਹਦੇ ਕੋਲ ਬਚਾ, ਉਸ ਉਹ ਵੀ ਲੈ ਆਉਂਦਾ ਤੇ ਬਾਕੀ ਤੁਸੀਂ ਆਂਡੇ ਲੈ ਆਉਂਦੇ ਕੋਈ। ਜੋਲੀ ਦੇ ਵਿੱਚ ਗੱਤ ਚੰਦਾ ਪਿਆ, ਅਸੀਂ ਕਰਦੇ ਨਾ ਜੋਲੀ ਬੰਦ ਕਰਤੇ ਲਗਾ ਆਵੇ। ਅੱਛਾ, ਹੁਣ ਅਗਲਾ ਪਿਤਰੇ ਰੁਪਇਆ ਪੁੱਛਿਆ ਪਾਵਲੀ, ਹਾਂ ਪਿਤਰੇ ਕੇ ਲਈ ਵਧਾ, ਉਹ ਸਾਖਾ ਜੀ ਅੱਜ ਤੂੰ ਲਵੀ ਨਾ ਸ਼ਰਤ ਬੋਝ ਮੇਰੀ, 100 ਰੁਪਇਆ ਵੀ ਤੈਂ ਦਾ ਤੇ ਸਾਰੇ ਅੰਡੇ ਵੀ ਤੈਂ ਦੇ। ਉਸ ਆਖਾ ਯਾਰ ਮੈਨੂੰ ਸਮਝ ਨਹੀਂ ਆਈ ਰੜਿਤ ਚਾੜ, ਉਸ ਕੱਚਾ ਵਾਲਾ ਗੋਲ ਮੋਲ ਆਉਂਦੇ ਨੇ, ਅੱਛਾ ਚਿੱਟੇ ਆਉਂਦੇ ਨੇ, ਕੁੱਕੜੀ ਦੇ ਹੇਠ ਰੱਖੀਂਦੇ ਨੇ। ਅੱਛਾ, ਉਸ ਆਖਾ ਸਮਝ ਕਾਹ ਨਹੀਂ ਆਈ, ਦੁਬਾਰੇ ਮੁੜ ਸਮਝਾ। ਉਸ ਆਖਾ ਗੋਲ ਮੋਲ ਆਉਂਦੇ ਨੇ, ਵਿੱਚੋਂ ਪੀਲੇ ਆਉਂਦੇ ਨੇ, ਅੱਛਾ ਕੁੱਕੜੀ ਉੱਤੇ ਸੇਵੇ ਤੇ ਬਾਂਦੀਆਂ ਨੀ। ਅੱਛਾ, ਉਸ ਆਖਾ ਹੁਣ ਮੈਨੂੰ ਸਮਝ ਆ ਗਈ ਏ ਕੀ ਏ ਬਾਈ। ਉਸ ਆਖਾ ਗੋਂਗਲੂ ਮੈਂ ਬੁੱਝ ਗਈਆਂ। ਇੱਕ ਚੱਕ ਦੇ ਵਿੱਚ ਨਾ ਇੱਕ ਬੰਦੇ ਦਾ ਸੈਂਕਲ, ਉਹ ਮੈਂ ਕਿਤੋਂ ਲੈ ਤਾਂ ਕੰਮ ਗਿਆ, ਤੋ ਕਿਸੇ ਚੱਕ ਵਾਲੇ ਬੰਦੇ ਉਹਦਾ ਚਾਂ ਲਿਆ, ਉਹ ਮੰਗਦਾ ਰਿਹਾ ਮੇਰਾ ਸੈਂਕਲ ਦਿਓ ਚ, ਮੇਰਾ ਸੈਂਕਲ ਦਿਓ ਚ, ਕਿਸੇ ਨਾਲ ਤੁਸ ਜਦ ਨਵਾਂ ਲੈ ਆਉਂਦਾ। ਉਹਦੇ ਪੋਤਰ ਦਾ ਖੜੀ ਗਿਆ। ਅੱਛਾ, ਉਸ ਐਲਾਨ ਕਰਾਇਆ ਸਪੀਕਰ ਵਿੱਚ, ਹੈਲੋ ਇੱਕ ਐਲਾਨ ਸੁਣ ਲਓ ਨਾ। ਕਾਂਜੀ ਕੀ ਐਲਾਨ ਹੈ ਬਾਈ ਸੁਣੋ, ਸੱਖਾ ਮੇਰਾ ਸੈਂਕਲ ਖੜੀ ਗਿਆ ਤੇ ਉਹਦੀ ਉਹ ਚਾ, ਨਹੀਂ ਤਾਂ ਮੈਂ ਉਹ ਕਾਰ ਕਰ ਸਾ ਜਿਹੜੀ ਮੇਰੇ ਪਿਓ ਕੀਤੀ ਆ ਜੀ। ਅੱਛਾ, ਉਹ ਜਿਹੜਾ ਚੋਰ ਆ ਨਾ ਵਿੱਚੇ ਹੁੰਦਾ ਗਵਾਡੀਆ ਕਿਦਾਂ ਆਉਂਦੇ, ਉਹ ਮੈਂ ਸੈਂਕਲ ਲੈ ਤੇ ਆ ਗਿਆ। ਅੱਛਾ, ਉਸ ਆਖਾ ਲੈ ਬਾਬਾ ਤੇਰਾ ਸੈਂਕਲ ਲਈ। ਅੱਛਾ, ਅਗਾਂ ਦੱਸ ਉਹ ਗੱਲ ਸੁਣਾ ਬਈ ਜਿਹੜੀ ਤੇਰੇ ਪਿਓ ਕਿਹੜੀ ਕਾਰ ਕੀਤੀ ਆ ਜੀ। ਉਹ ਆਉਂਦਾ ਬਾਈ ਮੇਰੇ ਪਿਓ ਦਾ ਸੈਂਕਲ ਇਵੇਂ ਚੋਰੀ ਹੋ ਗਿਆ, ਉਹ ਮੰਗਦਾ ਰਿਹਾ ਕਿਸੇ ਨਾ ਦਿੱਤਾ। ਅੱਛਾ, ਉਹਨੂੰ ਚੜੀ ਕਵਰ ਜਦ ਨਵਾਂ ਲੈ ਆਉਂਦਾ।